रिव्यू मीटिंग की थी, जिस दे विच जिहड़े पिछले दिन ही जिहड़ा ऑपरेशन सक्सेसफुली कंक्लूड हुआ, जिहड़े NSA डेटनूज नूं फड़िया गया सीगा, उस ऑपरेशन नूं रिव्यू किया गया। जिहड़े अफसरां ने चंगा काम किया उन्हां नूं CM साहब वल्लों मोटीवेशन ते इनकरेजमेंट दित्ती गई, ते पंजाब पुलिस दी ओवरऑल अपग्रेडेशन, टेक्नोलॉजिकल अपग्रेडेशन ते फ्यूचर रोड मैप बारे डिस्कशन हुए। तो CM साहब ने पंजाब पुलिस दे रोल नूं एप्रीशिएट किया कि विदाउट फायरिंग अ सिंगल बुलेट, विदाउट एनी डैमेज टू एनी लाइफ और प्रॉपर्टी, पंजाब दे विच हारमनी ते पीस नूं मेनटेन रखा गया, ते पंजाब पुलिस कमिटेड हैगी पंजाब दे विच हार्ड एंड पीस ते हारमनी नूं मेनटेन रखने लई। ते मैं लोकां नूं भी अश्योर करदा हाँ कि तुसी बिल्कुल पीसफुली यू गो अबाउट योर वर्क, सिचुएशन इज़ एबसोल्यूटली नॉर्मल इन द स्टेट, वी आर कमिटेड टू मेनटेन लॉ एंड ऑर्डर। और सारों से मैं ये अपील करूँगा कि लोगों को कंस्ट्रक्टिव चीज़ों की तरफ, यूथ आइकन्स की तरफ मोटिवेट किया जाए, जो हमारा यूथ है उसे प्रॉपर फोकस्ड एक स्किल डेवलपमेंट की तरफ, अपग्रेडेशन ऑफ वेरियस लाइफ स्किल्स एंड एम्प्लॉयमेंट अपॉर्चुनिटीज़। द स्टेट इज़ पॉइज्ड फॉर अ बिग लीप इन डेवलपमेंट, सो देयरफॉर लॉ एंड ऑर्डर has to be maintained and will be maintained at all costs. BJP sir agar road map par ki gal kahi gayi hai ki agar road map ki hona chahiye giftari nahi kiti ki surrender kita gaya usnu leke tusi ki spashtikaran dena chahoge? dekho ji main koi spashtikaran nahi hai, onu giftar kita gaya, this is very clear, so is de vich koi revisit karan di gal nahi hai, assi jehde raid kite pressure banaya ode karke ਉਹ ਸਰਫੇਸ ਹੋਇਆ ਤੇ ਗ੍ਰਿਫਤਾਰ ਕੀਤਾ ਗਿਆ। ਸਰ ਰਾਜੀਤ ਸਿੰਘ ਹਾਲੇ ਤੱਕ ਰਾਜੀਤ ਸਿੰਘ ਗ੍ਰਿਫਤਾਰ ਨਹੀਂ ਹੋਏ ਨੇ, ਉਹਨਾਂ ਦੀ ਗ੍ਰਿਫਤਾਰੀ ਉੱਤੇ ਕੀ ਅਪਡੇਟ ਹੈਗਾ ਕਿ ਰਾਜੀਤ ਸਿੰਘ ਨੂੰ ਕਦੋਂ ਤੱਕ ਗ੍ਰਿਫਤਾਰ ਕਰ ਲਿਆ ਜਾਏਗਾ? ਲਾਅ ਵਿਲ ਟੇਕ ਇਟਸ ਕੋਰਸ, ਹੂਐਵਰ ਇਜ਼ ਵਾਂਟਡ ਬਾਈ ਦਾ ਪੁਲਿਸ ਵਿਲ ਬੀ ਅਰੈਸਟਡ ਇਨ ਡਿਊ ਕੋਰਸ। ਪੰਜਾਬ ਵਿੱਚ ਬੇਅਦਬੀਆਂ ਹੋ ਰਹੀਆਂ ਸੁਣ ਲੈ ਕੇ ਕਿ ਕੱਲ ਵੀ ਜਿਵੇਂ ਮਰਿੰਡੇ ਦੇ ਵਿੱਚ ਬੇਅਦਬੀ ਹੋਈ, ਲੋਕਾਂ 'ਚ ਬੜਾ ਭਾਰੀ ਵਿਰੋਧ ਪਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ ਲੋਕਾਂ ਨੂੰ ਸੈਟੀਸਫਾਈ ਕਰਨ ਦੇ ਲਈ ਕੀ? ਦੇਖੋ ਪਹਿਲੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਿਆਂ ਦੀ ਜਿਹੜੀ ਬੇਅਦਬੀ ਹੋਈ ਹੈ ਇਟ ਇਜ਼ ਵੈਰੀ ਅਨਫੋਰਚੁਨੇਟ, ਜਿਸ ਨੇ ਕੀਤੀ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ, ਤੇ ਇਸ ਦੀ ਪੂਰੀ ਅਸੀਂ ਤਹਿ ਤੱਕ ਕੌਂਸਪਰੇਸੀ, ਜੇ ਕੋਈ ਕੌਂਸਪਰੇਸੀ ਹੈ ਉਸ ਨੂੰ ਐਕਸਪੋਜ਼ ਕਰਾਂਗੇ, ਇਹਨੂੰ ਡੀਪਲੀ ਇਨਵੈਸਟੀਗੇਟ ਕਰਾਂਗੇ। ਐਟ ਦਾ ਸੇਮ ਟਾਈਮ ਅਸੀਂ ਸਾਰੇ ਜਿਹੜੇ ਰਿਲੀਜੀਅਸ ਅਦਾਰੇ ਹੈਗੇ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਅਸੀਂ ਪਿੱਛੇ ਬਹੁਤ ਹੀ ਜੰਗੀ ਪੱਧਰ ਤੇ CCTV ਲਵਾਏ ਸੀਗੇ, ਸੋ ਕੁਝ ਡੂਜ਼ ਐਂਡ ਡੋਨਟਸ ਜਿਹੜੇ ਵੀ ਰਿਲੀਜੀਅਸ ਪਲੇਸਿਸ ਦੇ ਮੈਨੇਜਮੈਂਟ ਹੈਗੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਇਹ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਹੈ ਕਿ ਜਿਹੜੀ ਸਾਡੀ ਰਿਲੀਜੀਅਸ ਪਲੇਸਿਸ ਹੈ ਉਹਨਾਂ ਨੂੰ ਸੇਫ ਤੇ ਸਿਕਿਉਰ ਰੱਖਿਆ ਜਾਵੇ। ਸਰ ਸੂਤਰਾਂ ਦੇ ਵੱਲ ਤੋਂ ਖਬਰ ਆ ਰਹੀ ਹੈ ਅੰਮ੍ਰਿਤਪਾਲ ਦੇ ਪਰਿਵਾਰ ਵੱਲੋਂ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਗਿਆ ਜੀ। ਮੋਬਾਈਲ ਪਿੱਛੇ ਸੋ ਨੋ ਕਮੈਂਟਸ। ਦੇਖੋ ਜੀ ਮੈਂ ਕੋਈ ਇਹਦਾ ਆਈ ਐਮ ਨੋਟ ਅ ਰਿਪੋਜ਼ਿਟਰੀ ਆਫ ਆਲ ਨੋਲੇਜ ਐਂਡ ਆਲ ਇਨਫੋਰਮੇਸ਼ਨ, ਸੋ ਮੈਂ ਸਿਰਫ CM ਸਾਹਿਬ ਨੇ ਅੱਜ ਪੰਜਾਬ ਪੁਲਿਸ ਨੂੰ ਇਨਕਰੇਜ ਕੀਤਾ, ਪੰਜਾਬ ਪੁਲਿਸ ਵੱਲੋਂ ਜਿਹੜਾ ਵਧੀਆ ਆਪਰੇਸ਼ਨ ਕੀਤਾ ਉਸ ਨੂੰ ਐਪਰੀਸ਼ੀਏਟ ਕੀਤਾ ਗਿਆ, ਤੇ ਪੰਜਾਬ ਪੁਲਿਸ ਦੀ ਓਵਰਆਲ ਟੈਕਨੋਲੋਜੀਕਲ ਅਪਗ੍ਰੇਡੇਸ਼ਨ, ਫਿਊਚਰ ਰੋਡ ਮੈਪ ਬਾਰੇ ਡਿਸਕਸ਼ਨ ਹੋਈ, ਪ੍ਰੋਜੈਕਟਸ ਡਿਸਕਸ ਕੀਤੇ ਗਏ, ਐਂਡ ਅਵਰ ਕਮਿਟਮੈਂਟ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਦੀ ਸਟੇਟ ਇਜ਼ ਰੀਇਟਰੇਟਿਡ। ਪੰਜਾਬ ਪੁਲਿਸ ਵਿਲ ਨਾਟ ਲੈਟ ਐਨੀ ਡਿਸਰਪਟਿਵ ਫੋਰਸਿਸ, ਜਿਹੜੀ ਹੈ ISI ਦੇ ਜਿਹੜੇ ਮਨਸੂਬੇ ਹੈਗੇ ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਾਂਗੇ। ਥੈਂਕ ਯੂ।